गोविंद सिंह गुरुगत दायक आन की आस नहीं मन राई चात्रक चीत महूर महूरट स्वांत दीदार कबै जह पाई जियो पतंग स्नेह की डोर बद्दा डगडोर सोले हो मलाई सिंध हुतासन है पाव की गात मोहे माया कर ले हो बचाई अन्यथा शरणं नास्ति तुमेव शरण माम तस्मात् कारण पावेन रक्षमा परमेश्वर। परम सन्मान योग गुरु रूप गुरु खालसा सात संगत जी वाहिगुरु जी का खालसा वाहिगुरु जी की फतेह। आप समुचियां संगतां जुगो जुग अटल गरीब नवाज सतगुरु धन धन सतगुरु श्री गुरु ग्रंथ साहिब सच्चे पातशाह महाराज जी दी पावन परम पवित्र हजूरी विखे जुड़ करके सत संगत करते हुए अपने मनुखे जीव मनुखा जीवन दियां घड़ियां ते श्वासां नू सफल कर रहे हो। मैता चौंक दियां समुचियां संगतां वल्लों ये जो गुरमत समागम उलीके गए ये धन सतगुरु श्री गुरु गोबिंद सिंह साहिब सच्चे पातशाह महाराज जी का पावन पवित्र अवतार गुरपुरब, क्योंकि अवतार शब्द श्री गुरु ग्रंथ साहिब जी का शब्द है। तिन कौ अवतार भयो काल भिंतर जस जगत्र पर छायो। और दसम पिता जी दे भी वचन हन, जब जब होत अरिष्ट संसारा तब तब देह धरत अवतारा। धन सतगुरु श्री गुरु गोबिंद सिंह साहिब सच्चे पातशाह जी का अवतार गुरपुरब 29 दसंबर नू आ रहा है। 28 दसंबर नू छोटे साहिबजादे धन बाबा जोरावर सिंह जी धन बाबा फतेह सिंह जी पूजनीक अमर शहीद धन माता गुजर कौर साहिब जी का शहीदी दिहाड़ा है। 29 दसंबर नू सतगुरां दा अवतार गुरपुरब है। उस गुरपुरब नू समर्पित ये प्रोग्राम ये समागम उलीके गए हैं। अज धन सतगुरु श्री गुरु गोबिंद सिंह साहिब सच्चे पातशाह जी का गुरता गद्दी गुरपुरब ही है। संगत जी आप संगतां नू सतगुरां दे गुरता गद्दी गुरपुरब की लख लख वधाई होवे। 1732 बिक्रमी मगर सोदी तीज 1717 दसंबर 1675 ईस्वी नू धन श्री गुरु तेग बहादुर साहिब सच्चे पातशाह जी ने धन श्री गुरु गोबिंद सिंह साहिब सच्चे पातशाह जी नू गुरता गद्दी दी दात आप बख्शिश कीती। जदों सतगुरां ने श्री आनंदपुर साहिब तो तिलक जंजू राखा प्रवताका किनो बड़ो कलू महसाका साधन हेत इति जिन करी सीस दिया पर सी न उतरी। तिलक जंजू हिंदू धर्म की रख्या लई श्री आनंदपुर साहिब तो चल के दिल्ली विखे सतगुरु जी ने शहीदी प्राप्त करन दा कौतक रचिया। ता आप जी ने अपनी शहीदी तो 2 दिन पहला दिल्ली जो अज पावन पवित्र सतगुरां दा शहीदी अस्थान है गुरद्वारा सीस गंज साहिब चांदनी चौंक दे विच
ਉੱਥੇ ਸਤਿਗੁਰੂ ਜੀ ਪਿੰਜਰੇ ਵਿੱਚ ਕੈਦ ਹਨ ਔਰ ਇੱਧਰ ਮਾਤਾ ਗੁਜਰ ਕੌਰ ਜੀ ਨੂੰ ਸੁਪਨੇ ਵਿੱਚ ਸ੍ਰੀ ਅਨੰਦਪੁਰ ਸਾਹਿਬ ਦ੍ਰਿਸ਼ ਹੋਇਆ ਅਨੁਭਵ ਹੋਇਆ ਕਿ ਸਤਿਗੁਰੂ ਜੀ ਇੱਕ ਥੜੇ ਉੱਤੇ ਬੈਠ ਕੇ ਅਡੋਲ ਸਮਾਧੀ ਵਿੱਚ ਸਥਿਤ ਹਨ ਦੇਖਦਿਆਂ ਦੇਖਦਿਆਂ ਜ਼ਾਲਮ ਵੱਲੋਂ ਤਲਵਾਰ ਚੱਲੀ ਅਤੇ ਸੀਸ ਧੰਨ ਨਾਲੋਂ ਵੱਖ ਹੋ ਗਿਆ ਧਿਆਨ ਨਾਲ ਸੁਣਿਓ ਇਹ ਸੁਪਨਾ ਆਇਆ ਮਾਤਾ ਗੁਜਰ ਕੌਰ ਜੀ ਨੂੰ ਤਾਂ ਮਾਤਾ ਜੀ ਸਾਰੀ ਰਾਤ ਨਹੀਂ ਬਰਾਡੇ ਸਿਮਰਨ ਕਰਦੇ ਰਹੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇਹ ਨਿਯਮ ਸੀ ਮਰਯਾਦਾ ਸੀ ਅਸੂਲ ਸੀ ਕਿ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਸਤਿਗੁਰੂ ਜੀ ਨਿਤਨੇਮ ਕਰਕੇ ਪਹਿਲਾਂ ਆਪਣੀ ਦਾਦੀ ਮਾਤਾ ਮਾਤਾ ਨਾਨਕੀ ਜੀ ਨੂੰ ਬੇਬੇ ਨਾਨਕੀ ਜੀ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਭੈਣ ਜੀ ਹੋਏ ਮਾਤਾ ਨਾਨਕੀ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਾਦੀ ਮਾਂ ਸਨ ਔਰ ਨੌਵੇਂ ਪਾਤਸ਼ਾਹ ਜੀ ਦੇ ਮਾਤਾ ਜੀ ਸਨ ਬਾਬਾ ਬਕਾਲਾ ਸਾਹਿਬ ਤੋਂ ਆਪਣੇ ਨੇੜੇ ਹੀ ਬਾਬਾ ਬਕਾਲਾ ਸਾਹਿਬ ਹੈ ਦਾਦੀ ਮਾਂ ਮਾਤਾ ਨਾਨਕੀ ਜੀ ਨੂੰ ਹਜ਼ੂਰ ਸਭ ਤੋਂ ਪਹਿਲਾਂ ਨਮਸਕਾਰ ਕਰਦੇ ਫਿਰ ਆਪਣੀ ਮਾਤਾ ਮਾਤਾ ਗੁਜਰ ਕੌਰ ਜੀ ਨੂੰ ਮੱਥਾ ਟੇਕਦੇ ਜਦੋਂ ਮਾਤਾ ਗੁਜਰ ਕੌਰ ਜੀ ਨੂੰ ਨਮਸਕਾਰ ਕੀਤੀ ਸਿਮਰਨ ਕਰਦਿਆਂ ਤੱਕਿਆ ਚਿਹਰੇ 'ਤੇ ਥੋੜ੍ਹੀ ਜਿਹੀ ਉਦਾਸੀ ਹੈ ਪੁੱਛਿਆ ਮਾਤਾ ਜੀ ਕੀ ਕਾਰਨ ਹੈ ਕਹਿਣ ਲੱਗੇ ਇਹ ਦ੍ਰਿਸ਼ ਵੇਖਿਆ ਇੱਕ ਸਿੱਖ ਤੁਰੰਤ ਦਿੱਲੀ ਵਿਖੇ ਭੇਜਣਾ ਕਰੋ ਸਤਿਗੁਰਾਂ ਦੀ ਖਬਰ ਲੈ ਕੇ ਆਵੇ ਸ੍ਰੀ ਅਨੰਦਪੁਰ ਸਾਹਿਬ ਤੋਂ ਇੱਕ ਸਿੱਖ ਭੇਜਿਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਜਿਸ ਕੁਤਵਾਲੀ ਦੇ ਵਿੱਚ ਜਿਸ ਜੇਲ੍ਹ ਬੰਦੀਖਾਨੇ ਵਿੱਚ ਸਤਿਗੁਰਾਂ ਨੂੰ ਰੱਖਿਆ ਹੋਇਆ ਸੀ ਉਸ ਬੰਦੀਖਾਨੇ ਦਾ ਦਰੋਗਾ ਜਿਹਨੂੰ ਅੱਜ ਕੱਲ੍ਹ ਆਪਾਂ ਜੇਲ੍ਹ ਦਾ ਸੁਪਰਡੈਂਟ ਆਫੀਸਰ ਕਹਿ ਕੇ ਬੁਲਾਉਂਦੇ ਹਾਂ ਉਦੋਂ ਦਰੋਗਾ ਕਹਿ ਕੇ ਸੱਦਿਆ ਜਾਂਦਾ ਸੀ ਦਰੋਗਾ ਵੀ ਸਤਿਗੁਰਾਂ ਦੇ ਦਰਸ਼ਨ ਅਤੇ ਸੇਵਾ ਕਰਕੇ ਪਰਮ ਸ਼ਰਧਾਲੂ ਬਣ ਚੁੱਕਾ ਸੀ ਦਰੋਗੇ ਨੇ ਸਤਿਗੁਰੂ ਜੀ ਨੂੰ ਸਿੱਖ ਨੂੰ ਮਿਲਾਇਆ ਸਿੱਖ ਨੂੰ ਮਹਾਰਾਜ ਕੋਲੇ ਬੁਲਾ ਕੇ ਪੁੱਛਿਆ ਕਿਸ ਵਾਸਤੇ ਆਇਆ ਸਾਰੀ ਬੇਨਤੀ ਕਰਕੇ ਦੱਸਿਆ ਤਾਂ ਉਸ ਤੋਂ ਬਾਅਦ ਸਤਿਗੁਰਾਂ ਨੇ ਕਿਹਾ ਇੱਕ ਕਲਮ ਅਤੇ ਦਵਾਤ ਲੈ ਕੇ ਆ ਸਮਾਂ ਨਹੀਂ ਹੈ ਉਸ ਵਕਤ ਸਤਿਗੁਰੂ ਜੀ ਨੇ ਸਲੋਕ ਮਹੱਲਾ ਨਾਵਾਂ ਬਾਣੀ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ ਜਿਹੜੇ ਸਲੋਕ ਮਹੱਲਾ ਨਾਵਾਂ ਦੇ ਸਲੋਕ ਆਪਾਂ ਭੋਗ ਦੇ ਸਮੇਂ ਸਰਵਣ ਕਰਦੇ ਹਾਂ ਇਹ ਉਦੋਂ ਉਚਾਰਨ ਕਰਕੇ ਆਪਣੇ ਹੱਥਾਂ ਨਾਲ ਆਪ ਲਿਖੇ ਹੈ ਪਿੰਜਰੇ ਵਿੱਚ ਕੈਦ ਹਨ ਸੱਚੇ ਪਾਤਸ਼ਾਹ ਔਰ ਇੱਕ ਦੋਹਰਾ ਸਾਹਿਬਾਂ ਦੀ ਪਰਖ ਲਈ ਲਿਖਿਆ ਬਲ ਛੁਟਕਿਓ ਬੰਧਨ ਪਰੇ ਕਛੂ ਨਾ ਹੋ ਤੋ ਪਾਏ ਕਹੁ ਨਾਨਕ ਕਬ ਓਟ ਹਰ ਗੱਜ ਜਿਉ ਹੋ ਸਹਾਈ ਇਹ ਦੋਹਰਾ ਦਸਮ ਪਿਤਾ ਜੀ ਦੇ ਪ੍ਰਥਾਏ ਲਿਖ ਕੇ ਭੇਜਿਆ ਇਸ ਤੋਂ ਪਹਿਲਾਂ ਦੋ ਦੋਹਰੇ ਮਾਤਾ ਨਾਨਕੀ ਜੀ ਮਾਤਾ ਗੁਜਰ ਕੌਰ ਜੀ ਦੇ ਪ੍ਰਥਾਏ ਲਿਖ ਕੇ ਨਾਲ ਭੇਜੇ ਸਨ ਰਾਮ ਗਇਓ ਰਾਵਣ ਗਇਓ ਜਾ ਕੋ ਬਹੁ ਪਰਿਵਾਰ ਕਹੁ ਨਾਨਕ ਥਿਰ ਕਛੁ ਨਹੀਂ ਸੁਪਨੇ ਦਿਉ ਸੰਸਾਰੇ ਮਾਤਾ ਨਾਨਕੀ ਜੀ ਨੂੰ ਵਿਸ਼ਵਾਸ ਧੀਰਜ ਭਰੋਸਾ ਔਰ ਧੀਰਜ ਦੇਣ ਵਾਸਤੇ ਭਾਣਾ ਮੰਨਣ ਵਾਸਤੇ ਲਿਖਿਆ ਦੂਸਰਾ ਮਾਤਾ ਗੁਜਰ ਕੌਰ ਜੀ ਦੇ ਪ੍ਰਥਾਏ ਚਿੰਤਾ ਤਾਂ ਕੀ ਕੀਜੀ ਹੈ ਜੋ ਅਨਹੋਨੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ ਸੋ ਸਤਿਗੁਰੂ ਜੀ ਨੇ ਇਹ ਅਗਲਾ ਦੋਹਰਾ ਦਸਮ ਪਿਤਾ ਜੀ ਵਾਸਤੇ ਲਿਖ ਕੇ ਭੇਜਿਆ ਸਿੱਖ ਨੂੰ ਕਿਹਾ ਛੇਤੀ ਜਾ ਜਵਾਬ ਲੈ ਕੇ ਆ ਸਿੱਖ ਅਨੰਦਪੁਰ ਸਾਹਿਬ ਆਇਆ ਸਾਰੇ ਸਲੋਕ ਪੜ੍ਹੇ ਕਿਉਂਕਿ ਜਦੋਂ ਵੀ ਗੁਰੂ ਸਾਹਿਬ ਗੁਰਤਾ ਗੱਦੀ ਦਿੰਦੇ ਰਹੇ ਗੁਰਤਾ ਗੱਦੀ ਦੇ ਵਾਰਸ ਦੀ ਪਰਖ ਜ਼ਰੂਰ ਹੁੰਦੀ ਰਹੀ ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਦੇਵ ਜੀ ਦੀ ਬਹੁਤ ਲੰਮਾ ਇਤਿਹਾਸ ਹੋ ਜਾਏਗਾ ਦਸਮ ਪਿਤਾ ਜੀ ਬਾਰੇ ਵੀ ਸਤਿਗੁਰਾਂ ਨੇ ਵੇਖਿਆ ਕਿ ਇਹਨਾਂ ਦੀ ਸਾਡੇ ਪ੍ਰਤੀ ਕੀ ਸ਼ਰਧਾ ਹੈ ਕੀ ਭਾਵਨਾ ਕੀ ਭਰੋਸਾ ਰੱਖਦੇ ਹੈ ਤਾਂ ਲਿਖਿਆ ਕਿ ਬਲ ਛੁਟਕਿਓ ਬੰਧਨ ਭਰੇ ਕਛੂ ਨਾ ਹੋ ਤੋ ਪਾਏ ਕਹੁ ਨਾਨਕ ਕਬ ਓਟ ਹਰ ਗੱਜ ਹੋ ਸਹਾਈ ਕਿ ਔਰੰਗਜ਼ੇਬ ਦਾ ਬਲ ਇੰਨਾ ਫੈਲ ਗਿਆ ਸਾਡੇ ਹੱਥਕੜੀਆਂ ਲੱਗ ਗਈਆਂ ਬੇੜੀਆਂ ਪੈਰਾਂ ਵਿੱਚ ਪੈ ਗਈਆਂ
हुण तां गुरु नानक साहिब ही सहायता करके इत्थों साडी रक्षा कर सकदे आ। जदों ये दोहरा दसम पिता जी ने पढ़िया उसे वक्त कलम लैके आप लिखिया बल होवा बंधन छुटे सब किछ हो तो पाए कहो नानक अब ओट हर गाज्यों हो सहाय। के महाराज सारी सृष्टि दे विच जिन्ना बल ताकत समर्था है तुहाडे द्वारा ही पैदा हुई है और तुहाडे तुहानू बंधन कौन पा सकदा बेड़ियां पा सकदा है तो तुहाडी खेड है तुसी कौतक रचिया तुसी अपनी सहायता आप ही कर सकदे हो तुहाडी कौन रखिया करन वाला है। जदों ये दोहरा लिख के भेजिया साहिबां ने पढ़िया बहुत प्रसन्न होए उस वक्त पांच पैसे अते नारियल अज दे दिन अमृत वेले सतगुरां ने सिख नूं कोले बुला के आख्या कि बाकी दे श्लोक 57 श्लोक पूरे करके नाल ओ श्लोक नाल पांच पैसे अते नारियल दसम पिता जी नूं गुरता गद्दी ध्यान नाल अर्पित करदियां आग्या कीती कि सतगुरु जी श्री गुरु नानक देव जी दी गुरता गद्दी दी ए महान बख्शिश आनंदपुर साहब पहुंच के साडे लाल और दसम पिता जी नूं अर्पित करनी है। सो अज दे दिन सतगुरां ने श्री गुरु गोबिंद सिंह साहब जी नूं गुरता गद्दी दी दात बख्शिश कीती। मगर सुदी अज तीज है और साध संगत जी मगर सुदी पंचमी नूं अज तो दो दिन बाद पाव 28 दिसंबर नूं सतगुरु जी की शहीदी हुंदी है। आपां उहनां सतगुरां दा शहीदी गुरपुरब भी मनाउणा है। मेरा इतिहास सुनाउण दा भाव यह है कि सतगुरां दे गुरता गद्दी गुरपुरब ते तुसीं बहुत वड्डे इकट्ठ दे रूप विच जुड़े हो। सतगुरां दा सानूं हुक्म की है प्रथम रहत जह जान खंडे की पहुल छकै सोई सिंह प्रधान अवर न पहुल जो लए। महाराज कहिंदे आ पहली रहत पहला असूल पहला नियम की है कि सिख ने खंडे बाटे दा अमृत छकना। ये दसम पिता जी दे वचन हन। जेड़ा सिख खंडे बाटे दा अमृत छकदा उही साडे दर ते प्रवान है। उसे नूं असीं अपनी गलवकड़ी विच लैंदे हाँ उसे नूं सीने नाल लाउंदे हाँ। भाई दाने नूं मालवे विच कहा सी ना भी अमृत छक लै कहण लगा महाराज चौथे पातशाह तो लैके घर विच साडे सिखी है पीढ़ी दर पीढ़ी साबत सूरत दाड़ा मैनू अमृत छकण दी की लोड़ है। कहण लगे महाराज दसम पातशाह जी ने बचन किया बड़ा भाव पूर्त बचन सुन वाला। महाराज कहिंदे दानिया जेडे सिख दियां माई भाई दियां रगां विच खंडे दा अमृत इक वारी चलिया जांदा असी उस नूं नरक च नहीं पैण दिंदे साडी जिम्मेवारी है। भाई दाना साडे वर्गे सिखां दे विचों जिवें अजकल असी बड़े सवाल करदे हां बड़ियां शंका बड़ियां तर्कां साडे मन विच पैदा हुंदियां तर्कां नेता प्रति बोलदे भी हां। कहण लगा महाराज ये दाड़ा ये केस ये सिखी ये तां चिखा विच ही सड़ जाणी है। कबीर साहब का श्लोक पढ़ दिता हाड़ जले जैसे लकड़ी का तूला केस जैसे जैसे घास का पूला हड भी इत्थे सड़ जांदे रोम भी सड़ जांदे है ये नाल कित्थों जाणे है जिन्हों वेख के तुसीं रखिया करनी है नरकां चों। महाराज कहिंदे दानिया बड़ा शंकावादी मन है बड़ा चंचल हो गया। चंचल मन विच संगत जी शंका पैदा हुंदी है जिहड़ा चंचल मन होवे जदों मनुख दे पाप ज़्यादा वध जांदे उहदा मन चंचल हो जांदा। इस करके उहनें चंचलता नाल सवाल कीता महाराज कहिंदे तूं इस तरह नहीं मनण वाला तैनूं दिखाईए नरकां दा नज़ारा। कहिण लगा जे विखाओगे फिर मन्नांगा। सतगुरां ने उहदे मत्थे दे उत्ते अपना तीर दा अगला फल रखिया। सुरत दी उडारी मराई सच्चे पातशाह जी ने सूखम शरीर दी नरकां विच लै गए की वेखदा है पापी पाप कमाम दे कर दे हाए हाए नानक जो मथन मधाणियां तू मथे धरम राए। जिवें मधाणियां नाल माइयां दुध रिड़कदियां पापियां नूं नरकां विच इस तरह रिड़किया जा रहा सजा दित्ती जा रही है।
ਕੂਕਾਂ ਪੈਰੀਆਂ ਕੂਕਾਂ ਪਈਆਂ ਰਾਹੀ ਨਜ਼ਾਰਾ ਨਰਕਾਂ ਦਾ ਦੇਖਦਾ ਸਰੀਰ ਕਰਕੇ ਸਤਿਗੁਰਾਂ ਕੋਲੇ ਬੈਠਾ ਹੈ ਸਰੀਰ ਕੰਬਣ ਲੱਗ ਗਿਆ ਮੁੜਕਾ ਆ ਗਿਆ ਤਰੇਲੀਆਂ ਆ ਗਈਆਂ ਸਤਿਗੁਰਾਂ ਨੇ ਮਸਤਕ ਤੋਂ ਤੀਰ ਚੁੱਕ ਲਿਆ ਕਹਿਣ ਲੱਗੇ ਦਾਨਿਆਂ ਦੱਸ ਕਹਿਣ ਲੱਗਾ ਮਹਾਰਾਜ ਨਰਕਾਂ ਦਾ ਨਾਮ ਸੁਣਨਾ ਤਾਂ ਇੱਕ ਪਾਸੇ ਨਰਕ ਦੇਖ ਕੇ ਮੈਂ ਥਰ ਥਰ ਕੰਬਦਾ ਮੈਨੂੰ ਬਖਸ਼ ਲਓ ਮੈਨੂੰ ਬਚਾਓ ਮੈਂ ਇਹੋ ਜਿਹੀ ਸਜ਼ਾ ਨਹੀਂ ਸਹਾਰ ਸਕਦਾ ਮੈਨੂੰ ਖੰਡੇ ਦਾ ਅੰਮ੍ਰਿਤ ਬਖਸ਼ੋ ਸਤਿਗੁਰਾਂ ਨੇ ਖਾਲਸਾ ਜੀ ਫਿਰ ਭਾਈ ਦਾਨੇ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਭਾਈ ਦਾਨ ਸਿੰਘ ਨਾਮ ਰੱਖਿਆ ਉਸ ਸਤਿਗੁਰੂ ਦਾ ਗੁਰਤਾ ਗੱਦੀ ਗੁਰਪੁਰਬ ਹੈ ਭਾਈ ਇਸ ਕਰਕੇ ਜਿਨ੍ਹਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਿਆ ਮਨ ਬਣਾਓ ਖੰਡੇ ਬਾਟੇ ਦਾ ਅੰਮ੍ਰਿਤ ਛਕੋ ਗੁਰੂ ਵਾਲੇ ਬਣੋ ਜਿਹੜੇ ਨਸ਼ਿਆਂ ਦਾ ਸੇਵਨ ਕਰ ਰਹੇ ਹੈ ਪੰਜਾਬ ਦੀ ਉਹ ਜਵਾਨੀ ਹੈ ਜਿਸ ਜਵਾਨੀ ਨੇ ਇੱਥੇ ਮੁਗਲੀਆ ਹਕੂਮਤ ਦੀਆਂ ਜੜ੍ਹਾਂ ਪੁੱਟ ਕੇ ਖਾਰੇ ਸਮੁੰਦਰ ਵਿੱਚ ਸਿੱਟੀਆਂ ਮੁਗਲੀਆ ਸਲਤਨਤ ਨੂੰ ਕੋਈ ਦੁਨੀਆਂ ਦੀ ਤਾਕਤ ਨਹੀਂ ਸੀ ਹਿਲਾਉਣ ਵਾਲੀ ਇੰਨੇ ਜ਼ੋਰ ਜਾਬਰ ਔਰ ਜ਼ੁਲਮ ਕਰਨ ਵਾਲੇ ਜ਼ਾਲਮ ਲੋਕ ਸਨ ਪਰ ਇਹ ਪੰਜਾਬ ਦੀ ਧਰਤੀ ਗੁਰਸਿੱਖਾਂ ਦੀ ਧਰਤੀ ਖਾਲਸੇ ਦੀ ਧਰਤੀ ਗੁਰੂ ਸਾਹਿਬਾਨਾਂ ਦੀ ਧਰਤੀ ਦੇ ਗੁਰੂ ਕੇ ਖਾਲਸੇ ਨੇ ਉਹਨਾਂ ਜ਼ਾਲਮਾਂ ਦੀਆਂ ਜੜ੍ਹਾਂ ਪੁੱਟੀਆਂ ਔਰ ਦਿੱਲੀ ਦਾ ਤਖ਼ਤ ਪੁੱਟ ਕੇ ਖਾਲਸੇ ਨੇ ਜ਼ੁਲਮੀ ਰਾਜ ਦਾ ਅੰਤ ਕੀਤਾ ਫਿਰ ਅੰਗਰੇਜ਼ ਸਾਮਰਾਜ ਆਇਆ ਉਸ ਦੇ ਜ਼ੁਲਮੀ ਰਾਜ ਦੀਆਂ ਜੜ੍ਹਾਂ ਵੀ ਪੰਜਾਬ ਦੀ ਸੰਗਤ ਨੇ ਪੰਜਾਬ ਦੇ ਗੁਰਸਿੱਖਾਂ ਨੇ ਪੁੱਟੀਆਂ ਸੋ ਖਾਲਸਾ ਜੀ ਅੱਜ ਸਾਡੀ ਜਵਾਨੀ ਨਸ਼ਿਆਂ ਵਿੱਚ ਬਰਬਾਦ ਹੋ ਰਹੀ ਹੈ ਸਾਡੀਆਂ ਬੜੀਆਂ ਸੁੰਦਰ ਕੀਮਤੀ ਜਾਨਾਂ ਅੱਜ ਭੰਗ ਦੇ ਪਹਾੜੇ ਜਾ ਰਹੀਆਂ ਪਿੰਡਾਂ ਵਿੱਚ ਸੱਥਰ ਵਿਛ ਰਹੇ ਹੈ ਆਪਣੇ ਬੱਚਿਆਂ ਨੂੰ ਆਪਣੀ ਜਵਾਨੀ ਨੂੰ ਨਸ਼ਿਆਂ ਦੇ ਵਹਿਣ ਵਿੱਚ ਡੁੱਬਣ ਤੋਂ ਬਚਾਈਏ ਇਹ ਜਵਾਨੀ ਕੌਮ ਦਾ ਭਵਿੱਖ ਹੈ ਆਪਣੇ ਖਾਲਸਾ ਪੰਥ ਦਾ ਆਉਣ ਵਾਲਾ ਭਵਿੱਖ ਹੈ ਜੇ ਜਵਾਨੀ ਨਾ ਬਚੀ ਤਾਂ ਆਉਣ ਵਾਲੇ ਸਮੇਂ ਵਿੱਚ ਸਾਡੀ ਵੀ ਹੋਂਦ ਨੂੰ ਬਹੁਤ ਵੱਡਾ ਖਤਰਾ ਇਸ ਕਰਕੇ ਆਪਾਂ ਜਵਾਨਾਂ ਨੂੰ ਨਸ਼ਿਆਂ ਤੋਂ ਬਚਾਈਏ ਔਰ ਸਤਿਗੁਰੂ ਦੇ ਲੜ ਲਾਈਏ ਦੰਬੀਆਂ ਦੇਹਧਾਰੀਆਂ ਪਖੰਡੀਆਂ ਨੇ ਜਿਹੜੀ ਇੱਥੇ ਸਫ ਵਿਛਾਈ ਆ ਉਸ ਨੂੰ ਵਲੇਟ ਕੇ ਇੱਥੋਂ ਬਾਹਰ ਸੁੱਟੀਏ ਔਰ ਇੱਥੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪੈਰੋਕਾਰ ਹੀ ਚਾਰ ਚੁਪੇਰੇ ਨਜ਼ਰ ਆਉਣ ਇਸ ਧਰਤੀ 'ਤੇ ਜੇ ਬਰਕਤ ਹੈ ਤੁਹਾਡੇ ਵਿੱਚ ਜੇ ਕੋਈ ਬਰਕਤ ਹੈ ਘਰਾਂ ਵਿੱਚ ਤੁਸੀਂ ਇਸ ਮਾਤ ਲੋਕ 'ਤੇ ਤੁਰੇ ਫਿਰਦੇ ਹੋ ਇਹ ਸਤਿਗੁਰਾਂ ਦੀ ਕਿਰਪਾ ਬਾਣੀ ਦਾ ਪ੍ਰਤਾਪ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਜਿਵੇਂ ਜ਼ਾਲਮ ਹਕੂਮਤਾਂ ਸਾਡੇ ਮਗਰ ਪਈਆਂ ਹੋਈਆਂ ਹਰ ਗੱਲ ਨੂੰ ਸਾਡੀ ਨੂੰ ਬੜੀ ਗਹਿਰੀ ਨਿਗਾਹ ਨਾਲ ਦੇਖਿਆ ਜਾਂਦਾ ਅੱਜ ਸਾਡੇ ਸ਼ਸਤਰਾਂ 'ਤੇ ਪਾਬੰਦੀ ਜਿਹੜਾ ਲੀਗਲੀ ਤੌਰ 'ਤੇ ਸਾਨੂੰ ਅਧਿਕਾਰ ਦਿੱਤਾ ਹੋਇਆ ਸਰਕਾਰਾਂ ਨੇ ਕਿ ਲਾਇਸੈਂਸ ਤੁਸੀਂ ਲੈ ਕੇ ਆਪਣੀ ਹਿਫਾਜ਼ਤ ਲਈ ਆਪਣੇ ਪਾਸ ਰੱਖ ਸਕਦੇ ਹੋ ਉਸ ਉੱਤੇ ਵੀ ਪਾਬੰਦੀ ਲੱਗ ਰਹੀ ਹੈ ਔਰ ਮਹਾਰਾਜ ਦੇ ਬਚਨ ਸ਼ਸਤਰਹੀਨ ਕਬੂ ਨਾ ਹੋਈ ਰਹਿਤਵਾਨ ਸਿੰਘ ਹੈ ਸੋਈ ਅੱਜ ਸਾਡੇ ਸ਼ਸਤਰਾਂ 'ਤੇ ਪਾਬੰਦੀ ਲਾਉਣ ਦਾ ਮਤਲਬ ਇਹ ਹੈ ਕਿ ਸਾਨੂੰ ਨਿਹੱਥਾ ਕਰਨ ਦੀ ਇੱਕ ਬਹੁਤ ਵੱਡੀ ਸਾਜਿਸ਼ ਹੈ ਕਿ ਕੱਲ੍ਹ ਨੂੰ ਸਾਡੇ 'ਤੇ ਸੌਖਾ ਹਮਲਾ ਕਰਕੇ ਕੌਮ ਦੀ ਜਿਵੇਂ 1984 ਵਿੱਚ ਨਸਲ ਕੁਸ਼ੀ ਕੀਤੀ ਸੀ ਉਸ ਤਰ੍ਹਾਂ ਦਾ ਜ਼ੁਲਮ ਇਸ ਧਰਤੀ 'ਤੇ ਕੀਤਾ ਜਾਏ ਸੋ ਖਾਲਸਾ ਜੀ ਆਪਾਂ ਸੁਚੇਤ ਹੋਈਏ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜੀ ਨੇ ਇਹ ਬਹੁਤ ਵੱਡਾ ਉਪਰਾਲਾ ਕੀਤਾ ਪਿੰਡ ਪਿੰਡ ਜਾ ਕੇ ਨੌਜਵਾਨਾਂ ਨੂੰ ਗਲਵੱਕੜੀ ਵਿੱਚ ਲੈ ਕੇ ਉਹਨਾਂ ਦੇ ਨਸ਼ੇ ਛਡਾ ਰਹੇ ਹੈ ਔਰ ਨੌਜਵਾਨਾਂ ਨੂੰ ਸੰਗਤਾਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਰਹੇ ਹੈ ਤੀਜੇ ਪਾਤਸ਼ਾਹ ਜੀ ਨੂੰ ਸਿੱਖਾਂ ਨੇ ਪੁੱਛਿਆ ਸੀ ਮਹਾਰਾਜ ਤੁਹਾਡੀ ਸਭ ਤੋਂ ਵੱਧ ਖੁਸ਼ੀ ਕਿਹਦੇ 'ਤੇ ਹੈ ਮਹਾਰਾਜ ਕਹਿੰਦੇ ਭਾਈ ਉਸ ਸਿੱਖ 'ਤੇ ਸਭ ਤੋਂ ਵੱਡੀ ਖੁਸ਼ੀ ਹੈ ਜਿਹੜਾ ਸਿੱਖ ਇੱਕ ਪ੍ਰਾਣੀ ਨੂੰ ਵੀ ਗੁਰੂ ਨਾਲ ਜੋੜ ਦਿੰਦਾ ਇੱਕ ਪ੍ਰਾਣੀ ਨੂੰ ਵੀ ਅਤੇ ਮਹਾਰਾਜ ਕਹਿੰਦੇ ਸਾਡੀ ਕਰੋਪੀ ਸਾਡੀ ਨਾਰਾਜ਼ਗੀ ਉਸ ਵਿਅਕਤੀ 'ਤੇ ਸਭ ਤੋਂ ਵੱਧ ਹੈ ਜਿਹੜਾ ਜੁੜੇ ਹੋਏ ਨੂੰ ਗੁਰੂ ਨਾਲੋਂ ਤੋੜ ਦਿੰਦਾ ਸੋ ਭਾਈ ਅੰਮ੍ਰਿਤਪਾਲ ਸਿੰਘ ਜੀ ਤੁਸੀਂ ਤਾਂ ਬਹੁਤ ਵੱਡੀਆਂ ਗੁਰੂ ਦੀਆਂ ਖੁਸ਼ੀਆਂ ਲੈ ਰਹੇ ਹੋ ਇਹ ਗੁਰੂ ਦੀਆਂ ਬਖਸ਼ਿਸ਼ਾਂ ਤੁਹਾਡੀ ਝੋਲੀ ਵਿੱਚ ਪੈ ਰਹੀਆਂ ਜਿਹੜਾ ਇੰਨੀਆਂ ਸੰਗਤਾਂ ਨੂੰ ਤੁਸੀਂ ਗੁਰੂ ਦੇ ਲੜ ਲਾ ਰਹੇ ਹੋ ਇਸ ਗੱਲ ਦੀ ਸਾਰੇ ਪੰਥ ਨੂੰ ਖੁੱਲ੍ਹ ਕੇ ਪ੍ਰਸ਼ੰਸਾ ਕਰਨੀ ਚਾਹੀਦੀ ਹੈ ਜਿਹੜਾ ਸਿੰਘ ਵੀ ਜਿਹੜਾ ਸੰਤ ਮਹਾਂਪੁਰਖ ਵੀ
जेड़ा प्रचारक भी जेड़ा जथेदार भी कौम दे विच सिखी दा प्रचार प्रसार करदा संगतां नूं अमृत छकाउंदा नशे छडाउंदा भाई उस दा जिन्ना भी सत्कार कीता जाए थोड़े तो थोड़ा साडे समुचे इलाके ने यह इलाके दे धन पाग दमदमी टकसाल दे महान विद्वान सत्कार जो ज्ञानी जीवा सिंह जी बहुत भावपूर्त बचन कह के गए है साडे ता मस्तक नूं इन्हां स्थानां दी धूड़ी लगदे असीं अपने आप नूं धन भाग समझदे हां। कई ऐसे गुरमुख आत्मावां देखियां जिहड़े दर्शनी ड्योढ़ी ते महते हैडक्वार्टर ते अपना मस्तक रगड़ रगड़ के जांदे आ कहिंदे इस धरती तों 20वीं सदी दे विच दुनिया विच सिखी जागृत होई है एडा वड्डा केंद्र है कौम दा इस स्थान इस धरती दे उत्ते दमदमी टकसाल दा हैडक्वार्टर खालसा जी मैं तुहानूं इह वी दसदा हर ऐतवार दमदमी टकसाल दे हैडक्वार्टर ते अमर संचार हुंदा 125 प्राणी 200 प्राणी 50 प्राणी हर ऐतवार अमर चकदे आ। टकसाल वालों हर महीने लगभग 400 तों 500 प्राणियों नूं कुल मिला के अमृत छकाउण दी सेवा हो रही है। ठीक है मीडिया दे विच बहुता प्रचार करन दा साडा सुभाअ नहीं है पर बहुत वड्डी सेवा ये चल रही है। सो इसलिए सारे इलाके ने मिल के भाई अमृतपाल सिंह जी नूं गलवकड़ी विच लिया और उन्हां नूं जिओ आया आखिया और असीं भी उन्हां दा बहुत बहुत दिल दीआं गहराइयां विचों इत्थे आउण ते धन्नवाद करदे हाँ। और मैं जिथे चौंक दी संगत दा इलाके दी संगत दा रोम रोम करके बहुत बहुत धन्नवाद करदा उत्थे शहीद परिवारां नूं भी मैं नतमस्तक हुंना जिन्हां ने कौम दी खातर अपने परिवार अपने नौजवान अपने बजुर्ग अपनियां मातावां निछावर कीतियां बहुत वड्डी कुरबानी है। इस इलाके दे विच कोई ऐसा पिंड नहीं जिथों इस इलाके विच इस संघर्ष विच संघां ने शहीदियां ना दित्तियां होण। सो बहुत वड्डी कुरबानी साडे शहीद परिवारां दी और इस समागम के जिन्हें भी प्रबंधक है मैं सारिया का और मास्टर जसवंत सिंह जी जथेदार नसीब सिंह जी इन्हों सारिया का ही बहुत बहुत धन्यवाद करना इतनी हाजिरी प्रवान करनी भुला चुका खिमा करनी आ। सो सात संघ जी दमदमी टकसाल वालों भी इलाके की संगत वालों भी भावें कि भाई अमृतपाल सिंह जी सतगुरु श्री गुरु ग्रंथ साहब जी की छत्र छाया हेठ खालसा वीर लैके हैडक्वार्टर पहुंचे अज उत्थे ही रात का पड़ा है कल नूं उत्थों ही खालसा वीर चलेगा सारिया संगतां ने हुम हमा के उत्थे पहुंचना जदों खालसा वीर तुरे साडा फर्ज है सन्मान सत्कार करना सेवा करनी। एक मैं बेनती करदे आ इस प्रचार दे दौरे विच बहुत वड्डी सेवा हो रही है इस करके भाई अपना तन मन धन सफला करो इस सेवा विच वध चढ़ के हिस्सा पाओ। एक किसी प्राणी नूं एक कशहरा ही लै दोगे ना सेवा विच एक कृपान ही लै दोगे तो बहुत वड्डी तुहाडी सेवा। जिहड़ियां गड्डियां चल रहियां ना विच तेल बल रहा जिहड़े सिंह नाल सेवा कर रहे रात दिन बहुत वड्डी घालना इस करके इस माया नूं इस सेवा विच जरूर सफली करो वध चढ़ के माया का हिस्सा भी इस सेवा विच आपां सारिआं ने पाउणा। इस करके असी दमदमी टकसाल वालों भी इलाके वालों भी भाई अमृतपाल सिंह जी का फिर दोबारा इत्थे सन्मान करांगे और मास्टर जी नूं बेनती करांगा कि उन्हां नूं स्टेज ते लैके आउण उन्हां दा सत्कार कीता जाए दास दी इतनी हाजरी प्रवान करनी भुला चुका खिमा करनी आ। वाहिगुरू जी का खालसा वाहिगुरू जी की। हुण दमदमी टकसाल दे मुखी श्री मान संत ज्ञानी हरनाम सिंह जी खालसा पिंडरां वाले भाई साहब भाई अमृतपाल सिंह जी जो पंथ दे विच बड़ी वड्डी जिन्हां ने अमृत संचार की लहर आरंभ की है उन्हां दीआं सेवावां नूं देखदे होए दमदमी टकसाल वालों सिंघो एनू वजो सारिआं ने दर्शन करने भाई साहब भाई अमृतपाल सिंह जी का महापुरश सत्कार कर रहे ने बह जाओ गुरमुखो बह जाओ बोले सोनेहा
ਸ੍ਰੀ ਅਕਾਲ ਮਹਾਂਪੁਰਸ਼ਾਂ ਦਾ ਸਨਮਾਨ ਮਾਸਟਰ ਜਸਵੰਤ ਸਿੰਘ ਜੀ ਇਲਾਕਾ ਨਿਵਾਸੀ ਸੰਗਤਾਂ ਭਾਈ ਅੰਮ੍ਰਿਤਪਾਲ ਸਿੰਘ ਜੀ ਸਾਰੇ ਗੁਰਮੁਖ ਪਿਆਰੇ ਰਲ ਕੇ ਸ਼੍ਰੀ ਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਦਾ ਸਤਿਕਾਰ ਕਰ ਰਹੇ ਨੇ ਬੋਲੇ ਸੋ ਨਿਹਾਲ ਹੁਣ ਦਾਸ ਬੇਨਤੀ ਕਰੇਗਾ ਮਾਸਟਰ ਜਸਵੰਤ ਸਿੰਘ ਜੀ ਨੂੰ ਕਿ ਉਹ ਅਗਲਾ ਪ੍ਰੋਗਰਾਮ ਸੰਗਤ ਨੂੰ ਦੱਸਣਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।